ਦੇ ਲੋ ਆ ਜਨਾ ਸੁਣੋ ਆਪਾਂ ਇੱਕ ਨਗੀਨਾ ਦਿਖਾਉਨੇ ਆ ਬਹੁਤ ਸੋਹਣੇ ਗਾਂ ਜਿਹੜੇ ਇਹ ਸੇਲ ਵਾਸਤੇ ਆ ਸੋਨੂੰ ਆਪਾਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਜਿਹੜੇ ਵੀ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਆ ਤੁਸੀਂ ਨੰਬਰ ਬਾਈ ਹੋਰਿਆਂ ਦਾ ਡਿਸਪਲੇ ਤੇ ਚੱਲ ਰਿਹਾ ਤੇ ਆਜੋ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪੰਜਾਬ ਦੀ ਝਲਕ ਵੇਖਣ ਅਨੁਸਾਰ ਸਤਿ ਸ਼੍ਰੀ ਅਕਾਲ ਮੇਰੇ ਨੂੰ ਸਭ ਤੋਂ ਪਹਿਲਾਂ ਤਾਂ ਬਾਈ ਜੀ ਦੇਖੀਏ ਕਿਹੜੇ ਸੀਮੰਦੀ ਆ ਗਾਂ ਇਹ ਇਹ ਬਾਈ ਜੀ ਇਹ 35140 ਸੀਮੰਦੀ ਆਪ ਜੀ ਜੀ ਤੇ ਜੇ ਆਪਾਂ ਦੇਖੀਏ ਸੂਆ ਕਿੰਨਾ ਹੋ ਗਿਆ ਜੀ ਇਹ ਤੀਜਾ ਸੂਆ ਸੂਈਆ ਘਰ ਦੀ ਵੜ ਆਪਣੀ ਤਿਆਰ ਕਰੀ ਹੋਈ ਹੈ ਅੱਛਾ ਘਰ ਦੀ ਵੜ ਹੈ ਹਾਂਜੀ ਹਾਂਜੀ ਜੇ ਆਪਾਂ ਪਿਛਲੇ ਸੂਏ ਦਾ ਰਿਕਾਰਡ ਦੇਖੀਏ ਦੁੱਧ ਦਾ ਪਿਛਲੇ ਸੂਏ ਤੋਂ ਪਹਿਲਾਂ ਸੂਏ ਦਾ ਦਾ 28 ਲੀਟਰ ਦਾ ਰਿਕਾਰਡ ਸੀ ਗਈ ਠੀਕ ਹੈ ਜੀ ਉਦੋਂ ਦੂਜੇ ਸੂਏ ਦਾ 32 33 33 ਲੀਟਰ ਆਉਣਾ ਚੱਲਿਆ ਜੀ ਤੇ ਐਤ ਕਿ ਉਹ ਤੋਂ ਵੱਧ ਆ ਸਕੀ 35 36 ਵੀ ਜਾ ਸਕਦੀ ਆ 35 36 ਲੀਟਰ ਹਾਂ ਹਾਂ ਐਤ ਕਿ ਤੀਜੇ ਸੋਈ ਆਇਆ ਹੈ ਆ ਠੀਕ ਹੈ ਜੀ ਤੇ ਜੇ ਆਪਾਂ ਦੇਖੀਏ ਵੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹ ਅੱਜ ਤੋਂ ਚੌਥਾ ਤੋਂ ਪੰਜਵਾਂ ਦਿਨਾਂਗੇ ਚੌਥੇ ਤੋਂ ਪੰਜਵਾਂ ਦਿਨਾਂਗੇ ਹਾਂ ਮਗਰ ਇਹਦੇ ਬੱਚਾ ਜੀ ਇਸ ਵਕਤ ਇਹ ਤੇ ਮਗਰ ਬੱਚਾ ਜੀ ਹਾਂ ਬੱਚਾ ਇਹਦੀ ਮਗਰ ਠੀਕ ਹੈ ਜੀ ਸੋ ਦੋਸਤੋ ਇੱਕ ਗੱਲ ਆਪਾਂ ਦੱਸ ਦਿੰਦੇ ਆਂ ਵੀ ਬਾਈ ਜੀ ਹੋਰਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਜੀ ਹੋਰਾਂ ਦੇ ਘਰੇ ਹੀ ਜਿਹੜੇ ਜਾਨਵਰ ਵੈਸੇ ਰੱਖੇ ਵਿਆ ਦੁੱਧ ਤੇ ਲਾਏ ਵਿਆ ਪਰ ਇਸ ਵਕਤ ਬਾਈ ਜੀ ਕਹਿੰਦੇ ਵੀ ਸਾਡੇ ਕੋਲ ਜਾਨਵਰ ਜ਼ਿਆਦਾ ਤੇ ਆਪਾਂ ਬਾਈ ਤੋਂ ਮੁੱਲ ਵਗੈਰਾ ਵੀ ਪੁੱਛ ਕੇ ਦੱਸਦੇ ਆ ਪਿੰਡ ਦਾ ਐਡਰੈਸ ਜਿਹੜਾ ਸਾਰਾ ਹਨਾ ਆਪਾਂ ਤੁਹਾਨੂੰ ਦੱਸਦੇ ਆ ਬਾਕੀ ਬਾਈ ਹੋਰਾਂ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਬਾਈ ਜੀ ਜੇ ਆਪਾਂ ਮੁੱਲ ਦੀ ਗੱਲ ਕਰੀਏ ਕੀ ਮੁੱਲ ਕਰਦੇ ਆ ਦਾ ਮੁੱਲ ਬਾਈ 1,20,000 ਰੁਪਇਆ ਕਰਦਣਾ 1,20,000 ਰੁਪਇਆ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਕੋਈ ਮੌਕੇ ਤੇ ਮਾਨਤਾ ਹਾਂ ਹਾਂ ਮਾਨਤਾਨ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਇੱਕ ਵਾਰੀ ਆਪਣੇ ਪਿੰਡ ਦਾ ਐਡਰੈਸ ਤੇ ਘਰ ਦਾ ਐਡਰੈਸ ਜ਼ਰੂਰ ਸਾਂਝਾ ਕਰ ਦਿਓ ਆਪਣਾ ਇਹ ਪਿੰਡ ਕੋਠੇ ਮਾਲਾ ਸਿੰਘ ਵਾਲੇ ਆ ਜੈਤ ਤੋਂ 2 ਕਿਲੋਮੀਟਰ ਵਾਂਗ ਦੂਰੀ ਤੇ ਆ ਜੀ ਸੋ ਦੋਸਤੋ ਜਿਹੜੇ ਵੀ ਭਰਾ ਨੇ ਇਹ ਗਾਂ ਖਰੀਦਣੀ ਹੋਵੇ ਤੇ ਇੱਕ ਵਾਰੀ ਸੀਮਨ ਦੁਆਰਾ ਫੇਰ ਕਨਫਰਮ ਕਰ ਦੋ ਇਹ ਕਿਹੜੇ ਸੀਮਨ ਦੀ ਸੀ 35140 ਸੀਮਨ ਦੀ ਹੈ ਜੀ ਆਪ ਇਹ ਤੇ ਬੱਚਾ ਵੀ ਦਾ ਇਹੀ ਸੀਗਾ ਇਹਦੇ ਅੱਜ ਕੀ ਭਰਾ ਸੀ ਨੇ ਬੱਚਾ ਦਿੱਤਾ ਜੀ ਤੀਜੇ ਸੂਏ ਸੂਈ ਹੋਈ ਹੈ ਜੀ ਠੀਕ ਹੈ ਜੀ 35140 ਸੀਮਨ ਦੀ ਦੋਸਤੋ ਇਹ ਜਿਹੜੀ ਗਾਂ ਬਾਈ ਜੀ ਹੋਰਾਂ ਕੋਲੇ ਤੇ 35140 ਦਾ ਹੀ ਬਾਈ ਕੰਨੇ ਵੀ ਅਸੀਂ ਸੀਮਨ ਲਵਾਇਆ ਸੀ ਐਸ ਵਕਤ ਜਿਹੜਾ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਤਕਰੀਬਨ 4 ਕੁ ਦਿਨ ਹੋਏ ਆ ਸੂਈ ਨੂੰ ਆ ਇਸ ਵਕਤ ਜੇ ਆਪਾਂ ਦੇਖੀਏ ਹੁਣ ਕਿੰਨਾ ਦੁੱਧ ਦੇ ਦੇ ਰਹੀ ਹੈ ਹੁਣ ਇੱਥੇ 22 ਤੋਂ 23 ਲੀਟਰ ਦਾ ਤਿਆਰ ਆ ਜੀ 22 ਤੋਂ 23 ਲੀਟਰ ਹਾਂਜੀ ਖਰਾਕਪੂਰੀ ਹਜੇ ਪਾਈ ਨਹੀਂ ਗਈ ਠੀਕ ਹੈ ਜੀ ਤਾਜੀ ਸੂਈ ਕਰਕੇ ਜੀ ਤਾਂ ਕਰਕੇ ਦਾ ਦੁੱਧ ਹਜੇ ਇੰਨਾ ਤੇ ਦੁੱਧ ਵਧੂਗੀ ਜੇਰ ਵਗੈਰਾ ਪ੍ਰੋਪਰ ਹਾਂਜੀ ਜੋ ਸਾਰਾ ਪ੍ਰੋਪਰ ਆ ਜੀ ਠੀਕ ਹੈ ਜੀ ਤੇ ਜੇ ਕੋਈ ਆਪਣਾ ਭਰਾ ਦੇਖੀਏ ਦੂਰੋਂ ਆ ਕੇ ਨੇੜੇ ਇੱਕ ਦੋ ਦਿਨ ਚਵਾਈ ਕਰਕੇ ਵੀ ਲਿਜਾ ਸਕਦਾ ਹੈ ਤਾਂ ਚਵਾਈ ਕਰਕੇ ਜਿਹੜੇ ਲੋਡ ਤੇ ਅੱਜ ਮੈਂ 22 23 ਕਿਲੋ ਦੀ ਗੈਨ ਅੱਜ 22 23 ਤਿਆਰ ਹੈ ਗਈ ਜਿਵੇਂ ਜਿਵੇਂ ਰੁਕਾਂ ਦੁੱਧਾਂ ਵਧੂਗੀ ਉਸ ਲੋਡ ਦੁੱਧਾਂ ਸੋ ਦੋਸਤੋ ਬਾਈ ਜੀ ਹੋਰੀ ਕਹਿੰਦੇ ਵੀ ਤਕਰੀਬਨ ਇਸ ਤੋਂ ਇਸ ਵਾਰੀ ਆਸ ਆ ਜਿਹੜੇ ਹਿਸਾਬ ਨਾਲ ਗਾਂ ਬਾਈ ਕਹਿੰਦੇ ਵੀ ਤਿਆਰ ਹੋਈ ਆ ਬਾਈ ਕਹਿੰਦਾ ਵੀ 35 ਤੋਂ 36 ਲੀਟਰ ਦੁੱਧ ਦੇਣ ਦੀ ਜਿਹੜੀ ਇਹਦੀ ਇਸ ਵਾਰੀ ਹਨਾ ਆਪਾਂ ਕਹੀ ਵੀ ਇਸੂਏ ਦੀ ਕਪੈਸਿਟੀ ਹੈਗੀ ਆ ਸੋ 35 140 ਸੀਮਨ ਦੀ ਜਿਹੜੀ ਇਹ ਗਾਂਗੇ ਤੇ 120000 ਰੁਪਏ ਬਾਈ ਇਹਦਾ ਮੁੱਲ ਕਰਦੇ ਆ ਮੌਕੇ ਤੇ ਬਾਈ ਕਹਿੰਦਾ ਵੀ ਜੇ ਕੋਈ ਆਪਣਾ ਭਰਾ ਲੈ ਜਾਂਦਾ ਚਾਹਵਣਾ ਨਾ ਤਾਂ ਆਪਾਂ ਜਰੂਰ ਮਾਨਤਾਨ ਕਰਾਂਗੇ ਸੋ ਜਿਹੜੇ ਵੀ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਹੈ ਬਾਈ ਜੀ ਹੋਰਾਂ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਪਿੰਡ ਬਾਈ ਜੀ ਹੋਰਾਂ ਦਾ ਜੈਤੋ ਦੇ ਨਾਲ ਬਿਲਕੁਲ 2 ਕਿਲੋਮੀਟਰ ਤੇ ਕੋਠੇ ਦੇ ਮਾਲਾ ਸਿੰਘ ਵਾਲੇ ਆ ਤੇ ਬਾਈ ਜੀ ਹੋਰਾਂ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਕਰ ਲਿਓ ਕਾਲ ਜਿਹੜੇ ਵੀ ਭਰਾ ਨੂੰ ਇਹ ਗਾਂ ਪਸੰਦ ਆਉਂਦੀ ਆ